ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵਿਸ਼ਵ ਪੱਧਰ ਤੇ ਸਭ ਤੋਂ ਮਜ਼ਬੂਤ ਬੀਮਾ ਬ੍ਰਾਂਡ 2024 ਵਜੋਂ ਉਭਰੀ ਹੈ। LIC ਨੇ ਮਾਰਕੀਟ ਮੁਲਾਂਕਣ ਵਿੱਚ SBI ਨੂੰ ਪਛਾੜ ਕੇ 5ਵੀਂ ਸਭ ਤੋਂ ਕੀਮਤੀ ਭਾਰਤੀ ਸੂਚੀਬੱਧ ਕੰਪਨੀ ਵਜੋਂ ਆਪਣੀ ਸਥਿਤੀ ਮੁੜ ਹਾਸਲ ਕਰ ਲਈ ਹੈ। LIC ਦੇ ਚੇਅਰਮੈਨ ਸਿਧਾਰਥ ਮੋਹੰਤੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ LIC ਦੁਨੀਆ ਦਾ ਨੰਬਰ ਇੱਕ ਸਭ ਤੋਂ ਮਜ਼ਬੂਤ ਬੀਮਾ ਬ੍ਰਾਂਡ ਹੈ ਜਿਸ ਦਾ ਦੇਸ਼ ਦੇ ਨਾਲ ਨਾਲ ਗਲੋਬਲ ਦਬਦਬਾ ਹੈ। LIC ਦਾ ਬ੍ਰਾਂਡ ਮੁੱਲ ਅਮਰੀਕੀ 9.8 ਬਿਲੀਅਨ ਡਾਲਰ ਦੇ ਸਥਿਰ ਹੈ। LIC ਦੇ ਸ਼ੇਅਰ ਦੀ ਕੀਮਤ 1,175 ਰੁਪਏ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ ਜਿਸ ਨਾਲ ਇਹ ਭਾਰਤ ਦਾ ਸਭ ਤੋਂ ਕੀਮਤੀ ਜਨਤਕ ਖੇਤਰ ਦਾ ਅਦਾਰਾ ਬਣ ਗਿਆ ਹੈ। ਬ੍ਰਾਂਡ ਫਾਈਨਾਂਸ ਇੰਸ਼ੋਰੈਂਸ ਅਨੁਸਾਰ ਤਾਈਪਾਨੀ ਕੈਥੇ ਲਾਈਫ ਇੰਸ਼ੋਰੈਂਸ ਨੂੰ LIC ਤੋਂ ਬਾਅਦ ਇਸ ਸੂਚੀ ਵਿੱਚ ਦੂਜੇ ਸਭ ਤੋਂ ਮਜ਼ਬੂਤ ਬ੍ਰਾਂਡ ਵਜੋਂ ਦਰਸਾਇਆ ਗਿਆ ਅਤੇ ਤੀਜੇ ਸਥਾਨ 'ਤੇ ਆਸਟ੍ਰੇਲੀਆ ਦੀ NRMA ਇੰਸ਼ੋਰੈਂਸ ਹੈ ਜਿਸ ਦੀ ਬ੍ਰਾਂਡ ਵੈਲਿਊ 82% ਵੱਧ ਕੇ 1.3 ਬਿਲੀਅਨ ਡਾਲਰ ਹੋ ਗਈ ਹੈ।